ਬਣਿਆ ਸੀ ਉਦੋਂ ਇਹ ਗੱਲ ਮਾਊਂਟ ਬੈਟਨ ਨੇ ਕਹੀ ਸੀ ਇਹ ਗੱਲ ਕਹੀ ਸੀ ਕਿ ਤੁਸੀਂ ਇਹਨਾਂ ਨੂੰ ਗੁਲਾਮੀ ਕਰਦੇ ਹੁੰਦੇ ਦੇਖਿਆ ਗੁਲਾਮ ਪ੍ਰਸਤ ਹੁੰਦੇ ਦੇਖਿਆ ਜਦੋਂ ਤੁਸੀਂ ਇਹਨਾਂ ਨੂੰ ਆਜ਼ਾਦੀ ਦੇ ਕੇ ਸੱਤਾ ਇਹਨਾਂ ਦੇ ਹੱਥ 'ਚ ਫੜਾਤੀ ਇੱਥੋਂ ਨੂੰ ਕੌਡੀ ਕੌਡੀ ਸਿਰ ਰੋਲ ਦੇਣਗੇ ਇਹ ਮਾਊਂਟ ਬੈਟਨ ਨੇ ਮਾਸਟਰ ਤਾਰਾ ਸਿੰਘ ਨੂੰ ਆਖਿਆ ਮੈਂ ਲੀਡਰਾਂ ਦੀ ਤਾਂ ਕਿਸੇ ਸਿਆਸਤ ਪਾਰਟੀ ਦੀ ਗੱਲ ਨਹੀਂ ਕਰਦਾ ਪਰ ਉਹਨਾਂ ਬਜ਼ੁਰਗਾਂ ਦੀ ਗੱਲ ਜ਼ਰੂਰ ਕਰਦਾ ਜਿਨ੍ਹਾਂ ਨੇ ਪੰਜਾਬ ਨੂੰ ਵੇਚਿਆ ਪੰਜਾਬ ਦੀ ਇੱਜ਼ਤ ਨੂੰ ਵੇਚਿਆ ਪੰਜਾਬ ਦੇ ਰਹਿਨਮਾ ਨੂੰ ਵੇਚਿਆ ਤੇ ਪੰਜਾਬ ਦੇ ਕਿਸਾਨਾਂ ਨੂੰ ਵੇਚਿਆ ਮੈਂ ਉਹਨਾਂ ਦੀ ਗੱਲ ਕਰਦਾ ਮਾਸਟਰ ਤਾਰਾ ਸਿੰਘ ਇੱਥੋਂ ਜਾਂਦਾ ਦਿੱਲੀ ਜਦ 1947 'ਚ ਵੰਡ ਹੋ ਰਹੀ ਹੈ ਜਿਨ੍ਹਾਂ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਉਹਨਾਂ ਨੂੰ ਬੁਲਾ ਕੇ ਕਿਆ ਕਹਿੰਦਾ ਉਰੇ ਆ ਕਹਿੰਦਾ ਮਾਸਟਰ ਤਾਰਾ ਸਿੰਘ ਪੰਜਾਬੀ ਸੂਬਾ ਮਿਲਦਾ ਲੈ ਲਾ ਦਿੱਲੀ ਤੱਕ ਮਿਲਦਾ ਐਡਾ ਵੱਡਾ ਪੰਜਾਬੀ ਸੂਬਾ ਮਿਲਦਾ ਲੈ ਲਾ ਕਹਿੰਦਾ ਜੀ ਹਾਂ ਮੈਂ ਲੈਣ ਆਇਆ ਕਹਿੰਦਾ ਮੈਂ ਇਹਨਾਂ ਨੂੰ ਦੇਖਿਆ ਮੈਂ ਪਾਕਿਸਤਾਨ ਤਾਂ ਅੱਡ ਕਰਾਇਆ ਤਾਂ ਜਿੱਦ ਨੇ ਲਿਆ ਕਿਉਂਕਿ ਤੁਸੀਂ ਇਹਨਾਂ ਨੂੰ ਗੁਲਾਮ ਦੇਖਿਆ ਜਿੱਦਣ ਸੱਤਾ ਇਹਨਾਂ ਦੇ ਹੱਥ 'ਚ ਆ ਗਈ ਇਹ ਤੁਹਾਡੇ ਟੁਕੜੇ ਟੁਕੜੇ ਕਰ ਦੇਣਗੇ ਤੁਹਾਡੀਆਂ ਪੱਗਾਂ ਲਾ ਕੇ ਲੈ ਜਾਣਗੇ ਤੁਹਾਡੀਆਂ ਧੀਆਂ ਭੈਣਾਂ ਕੱਢ ਕੇ ਲੈ ਜਾਣਗੇ ਤੁਹਾਡੀਆਂ ਜ਼ਿਆਦਾ ਤਾਂ ਤੁਹਾਡਾ ਸਭ ਕੁਝ ਖੋ ਕੇ ਲੈ ਜਾਣਗੇ ਲਫ਼ ਸੀ